ਇਹਨਾਂ ਦੇ ਜਿਹੜੇ ਚਮਚੇ ਨੇ, ਚਾਹੇ ਉਹ ਧਰਿੰਦਰ ਸ਼ਾਸਤਰੀ ਹੋਵੇ ਜਾਦੂਗਰ, ਚਾਹੇ ਘਨੱਈਆ ਮਿੱਤਲ ਹੋਵੇ, ਇਹ ਈਸਾਈ ਭਾਈਚਾਰੇ ਦੇ ਬਰਖਿਲਾਫ ਆਏ ਦਿਨ ਕੋਈ ਨਾ ਕੋਈ ਟਿੱਪਣੀ ਕਰਦੇ ਰਹਿੰਦੇ ਨੇ। ਸੋ ਪਹਿਲਾਂ ਵੀ ਇਹਨੇ ਈਸਾਈ ਭਾਈਚਾਰੇ ਦੇ ਖਿਲਾਫ ਦਿੱਲੀ ਦੇ ਵਿੱਚ ਇੱਕ ਜਾਗਰਣ ਦੇ ਵਿੱਚ ਬੋਲਿਆ ਸੀ। ਮੈਂ ਤੈਨੂੰ ਦੱਸਣਾ ਚਾਹੁੰਦਾ, ਗੱਲ ਸੁਣ ਲਓ ਮੇਰੀ, ਕੰਨ ਖੋਲ੍ਹ ਕੇ ਘਨੱਈਆ ਮਿੱਤਲ, ਜੇ ਤੂੰ ਬਣਦਾ ਆਪਣੇ ਆਪ ਦੇ ਵਿੱਚ ਨਾ ਜ਼ਿਆਦਾ ਧਰਮ ਦਾ ਰੱਖ ਆ ਅਤੇ ਚੈਲੇਂਜ ਕਰਕੇ ਜਦੋਂ ਮਰਜ਼ੀ ਜਲੰਧਰ ਦੇ ਵਿੱਚ ਆ ਜਾਈ, ਆਹ ਪੀਟਰ ਮਸੀਹ ਬਲੰਦਪੁਰ ਤੇਰੀ ਹਿੱਕ ਦੇ ਵਿੱਚ ਵੱਜੂਗਾ, ਜੁੱਤੀਆਂ ਮਾਰ ਕੇ ਤੇਰਾ ਸਿਰ ਗੰਜਾ ਕਰੂੰਗਾ। ਸੋ ਮੇਰੀ ਜਿਹੜੀ ਸਾਡੀ ਆਵਾਮ ਆ, ਜਿਹੜੇ ਕ੍ਰਿਸਚਨ ਆ, ਅਸੀਂ ਕਦੋਂ ਤੱਕ ਬੇਅਦਬੀਆਂ ਬਰਦਾਸ਼ਤ ਕਰਾਂਗੇ? ਇਹੋ ਜਿਹੇ ਬੰਦਿਆਂ ਨੇ ਘਾਣ ਕੀਤਾ ਹੋਇਆ ਕ੍ਰਿਸਚੈਨਿਟੀ ਦਾ, ਜਿਹੜੇ ਸਾਡੇ ਧਰਮ ਦੇ ਵਿੱਚ ਬਾਣਾ ਪਾ ਕੇ ਸਾਨੂੰ ਨੀਚਾ ਦਿਖਾਉਣ ਦੇ ਲਈ ਸਾਨੂੰ ਨੀਵਾਂ ਕਰਦੇ ਨੇ। ਆਪਣੇ ਸਾਰੇ ਕੰਮ ਨਿਪਟਾ ਕੇ ਮੈਂ ਹੁਣ ਆਪ ਜੀ ਦੇ ਰੂਬਰੂ ਹੋਣ ਲੱਗਿਆ। ਸੋ ਗੱਲ ਕਰਾਂਗੇ ਬੜੇ ਕ੍ਰਿਟੀਕਲ ਇਸ਼ੂ ਦੇ ਉੱਪਰ, ਜੋ ਕਿ ਤੁਸੀਂ ਜਾਣਦੇ ਹੋ ਕਿ ਜੋ ਚੋਣਾਂ ਨੇ ਉਹ ਨਜ਼ਦੀਕ ਨੇ ਔਰ ਆਏ ਦਿਨ ਸਿਆਸੀ ਪਾਰਟੀਆਂ ਆਪੋ ਆਪਣੇ ਵੋਟਰਾਂ ਨੂੰ ਰਝਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਔਰ ਜਿਹੜੇ ਉਹਨਾਂ ਪਾਰਟੀਆਂ ਦੇ ਸਪੋਟਰ ਨੇ ਉਹ ਵੀ ਆਪੋ ਆਪਣੇ ਆ ਕੰਮਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੋਏ ਨੇ। ਸੋ ਪਿਛਲੇ ਇੱਕ ਦੋ ਦਿਨ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਆ, ਜੋ ਕਿ ਇੱਕ ਘਨੱਈਆ ਨਾਮਕ ਵਿਅਕਤੀ ਦੀ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਉਹ ਬੰਦਾ ਆ ਜਿਹਨੂੰ ਪਿਛਲੀ ਵਾਰ ਅਸੀਂ ਇਹ ਕਹਿ ਕੇ ਮਾਫ਼ ਕਰ ਦਿੱਤਾ ਸੀਗਾ ਕਿ ਸਾਡੀ ਬਾਈਬਲ ਦਾ ਸਿਧਾਂਤ ਆ ਕਿ ਜੇ ਕੋਈ ਨੀਵਾਂ ਹੋ ਕੇ ਸਾਡੇ ਕੋਲ ਆਵੇ ਤਾਂ ਅਸੀਂ ਉਹਨੂੰ ਮਾਫ਼ ਕਰੀਏ, ਪਰ ਇਹ ਕੁੱਤੇ ਦਾ ਹੱਡ ਇਸ ਲਾਇਕ ਨਹੀਂ ਆ ਕਿ ਇਹਨੂੰ ਮਾਫ਼ ਕੀਤਾ ਜਾਵੇ। ਸੋ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਬੀਜੇਪੀ ਪਾਰਟੀ ਮੌਜੂਦਾ ਸੈਂਟਰ ਦੇ ਵਿੱਚ ਰਾਜ ਕਰ ਰਹੀ ਆ ਔਰ ਹੋ ਸਕਦਾ ਸ਼ਾਇਦ ਆਉਣ ਵਾਲੇ ਨਵੀਂ ਸਰਕਾਰ ਵੀ ਇਹੋ ਹੀ ਹੋਵੇ। ਇਹਨਾਂ ਦੇ ਜਿਹੜੇ ਚਮਚੇ ਨੇ, ਚਾਹੇ ਉਹ ਧਰਿੰਦਰ ਸ਼ਾਸਤਰੀ ਹੋਵੇ ਜਾਦੂਗਰ, ਚਾਹੇ ਘਨੱਈਆ ਮਿੱਤਲ ਹੋਵੇ, ਇਹ ਈਸਾਈ ਭਾਈਚਾਰੇ ਦੇ ਬਰਖਿਲਾਫ ਆਏ ਦਿਨ ਕੋਈ ਨਾ ਕੋਈ ਟਿੱਪਣੀ ਕਰਦੇ ਰਹਿੰਦੇ ਨੇ। ਸੋ ਪਹਿਲਾਂ ਵੀ ਇਹਨੇ ਈਸਾਈ ਭਾਈਚਾਰੇ ਦੇ ਖਿਲਾਫ ਦਿੱਲੀ ਦੇ ਵਿੱਚ ਇੱਕ ਜਾਗਰਣ ਦੇ ਵਿੱਚ ਬੋਲਿਆ ਸੀ, ਜਿਸ ਦਾ ਜਲੰਧਰ ਪੁਲਿਸ ਪ੍ਰਸ਼ਾਸਨ ਦੇ ਉੱਪਰ ਅਸੀਂ ਕੰਪਲੇਂਟ ਦਰਜ ਕਰਵਾਈ ਸੀ, ਤਾਂ ਜਿਸ ਨੂੰ ਦੇਖਦੇ ਹੋਏ ਇਹਨੇ ਸਾਡੇ ਕੋਲੋਂ ਮਾਫ਼ੀ ਮੰਗੀ ਸੀ। ਸੋ ਮੈਂ ਮਾਫ਼ੀ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਨੀ ਚਾਹਾਂਗਾ ਕਿ ਇਹ ਕਿਹੋ ਜਿਹਾ ਬੰਦਾ ਹੈ। ਇਸ ਬੰਦੇ ਨੂੰ ਤੁਸੀਂ ਭਲੀ ਭਾਂਤ ਜਾਣਦੇ ਹੋ, ਜਿਹੜੀ ਪਹਿਲਾਂ ਇਹਨੇ ਈਸਾਈ ਭਾਈਚਾਰੇ ਦੇ ਪ੍ਰਤੀ ਜਿਹੜੀ ਟੀਕਾ ਟਿੱਪਣੀ ਕੀਤੀ ਸੀ ਇਸ ਕੁੱਤੇ ਬੰਦੇ ਨੇ, ਮੈਂ ਉਹ ਤੁਹਾਨੂੰ ਦਿਖਾਉਣ ਜਾ ਰਿਹਾ ਵੀਡੀਓ ਕਿ ਇਹ ਕਿਸ ਤਰੀਕੇ ਦੇ ਨਾਲ ਸਾਨੂੰ ਵੀਡੀਓ ਭੇਜ ਭੇਜ ਕੇ ਪਹਿਲਾਂ ਮਾਫ਼ੀਆਂ ਮੰਗਦਾ ਸੀ ਕਿ ਮੈਨੂੰ ਮਾਫ਼ ਕੀਤਾ ਜਾਵੇ। ਆ ਪਹਿਲਾਂ ਤਾਂ ਵੀਡੀਓ ਸੁਣਿਓ। ਨਮਸਕਾਰ, ਮੇਰਾ ਨਾਮ ਘਨੱਈਆ ਮਿੱਤਲ ਹੈ, ਮੈਂ ਭਜਨ ਗਾਤਾ ਹੂੰ। ਕ੍ਰਿਸ਼ਨ ਭਾਈਚਾਰੇ ਕੋ ਮੇਰੇ ਦੁਆਰਾ ਮੰਚ ਕੇ ਉੱਪਰ ਕਹੀ ਹੋਈ ਇੱਕ ਬਾਤ, ਐਸਾ ਲਗਤਾ ਹੈ ਕਿ ਮੈਨੇ ਜੀਸਸ ਕ੍ਰਾਈਸਟ ਕੇ ਲੀਏ ਉਸਮੇ ਗਲਤ ਬੋਲਾ ਹੈ,
या उन्हें नीचा दिखाने की बात की तो ऐसा नहीं है। मैं सारे धर्मों का सम्मान करता हूँ, फिर भी अगर उन्हें ऐसा लगता है क्रिश्चियन भाईचारे को कि मैंने जीसस का कोई इंसल्ट की है, तो मैं उस जीसस से परम पिता परमात्मा से क्षमा याचना करता हूँ, क्षमा प्रार्थी हूँ कि वो मुझे क्षमा करें, और आइंदा से मैं इस चीज़ का ध्यान रखूँगा। हाँ जी दोस्तों, सो मैं वीडियो थानू एक दिखाई है जिदे विच ये बंदा ईसाई भाईचारे दे कोलों माफ़ी मंग रहा कि जे मेरे कोलों कुछ गलती हुई आ तो तुसी मैनू माफ़ करो। चलो असी अपना नैतिक फर्ज समझते हुए, क्योंकि असी बाइबल नू फॉलो करते हैं, उहदे सिद्धांतां दे उत्ते असी चलते हाँ, जो सानू साडे प्रभु यीशु मसीह जी ने हुक्म दिता कि जे कोई नीवा हो के तुहाडे कोलों माफ़ी मंगदा तां तुसीं उसनू जरूर माफ़ करो, असी उस सिद्धांतां नू फॉलो करते हुए इस बंदे नू माफ़ किया कि चलो कोई गल नहीं, जे उन्हें माफ़ी मंग ली आ, जे साडा खुदा सानू माफ़ करन दी ताकत रखदा तां चलो कोई गल नहीं, असी भी उहदे बच्चे आ, उहदी औलाद आ, असी इहनू माफ़ कर दिंदे आ। पर इस कुत्ते बंदे ने एक दो दिन पहला एक वीडियो वायरल हुई आ जिहदे विच राजा वड़िंग जो कि कांग्रेस दा सूबा प्रधान आ और रवनीत बिट्टू जो कि दल बदलू नेता आ, उन्हां दी मौजूदगी दे विच इह बंदा उत्थे इह बयान कर रहा कि तुसीं सिखां दे गुरद्वारे बनाओ अते मंदर बनाओ पर चर्च नहीं बनने चाहीदे। मैं इहनू पुछणा चाहुंदा कुत्ते दे हड नू कि तूं जदों बाहर शो लाउण जाना आ क्रिश्चना दे देशां दे विच तां तैनूं उदों नहीं ख्याल आउंदा वी इह ईसाइयां दा मुल्क आ, उदों तां तुसीं वीजा लवा के तुसीं भजदे हो कि असीं ईसाइयां दे मुल्क जाणा। मैं तैनू दसना चाहुंदा, गल सुन लो मेरी, कन्न खोल के कन्हैया मित्तल, जे तू बनदा अपने आप दे विच ना ज्यादा धर्मदार रख आ ते चैलेंज करके जदों मर्जी जलंधर दे विच आ जी, आ पीटर मसीह बुलंदपुर तेरी हिक दे विच वजूगा, जुत्तियां मार के तेरा सिर गंजा करूंगा, तैनू मैं दस दिना गल बंदियां वांगू, तू बनिया फिरदा तू चमचा बीजेपी का। सो मैं उन्हां नू भी दसना चाहुंदा आ जिहड़े साडे धार्मिक आगू ने जिहड़े बीजेपी की सपोर्ट करदे ने कि उन्हां नू ये सब नहीं देखदा कि असी वेट कर रहे हैं कि पंजाब दे विच मणिपुर वर्गे हालात होण, असी वेट कर रहे हैं कि जिद्दां साडियां धीआं भैणां दे नाल मणिपुर दे विच जो अत्याचार होया पंजाब दे विच वी होवे, इहो जिही सरकार जिहड़ी मसीह विरोधी आ मनोरिटी दे हक्कां नू दबाउंदी आ, असी उहनू ब्लैसिंग दिंदे पए आ। मैं किसी भी रब दे दास दे जां किसी भी धर्म दे खिलाफ नहीं बोलदा, बस मैं इन्ना क जानना चाहुंदा कि तुहानू मणिपुर दे विच जो होया उह भुल गया कि अमृतसर दे विच पिछड़क साहब जादूगर धरिंदर शास्त्री जदों आ के हालेलुया शब्द की बेअदबी करके गया वह तुहानू भुल गया, जदों 22 जनवरी वाले दिन ग्राम स्टेन की अते उन्हां दे बच्चों की एनी उन्हां दे बच्चों की जदों उन्हां दी श्रद्धांजलि दा सीगा वक्त, जदों उन्हां नू उन्हां दी बरसी दे वेले ਸਾਡਾ ਫਰਜ਼ ਬਣਦਾ ਉਹਨਾਂ ਨੂੰ ਯਾਦ ਕਰਨਾ, ਅਤੇ ਇਹਨਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਸਾਡੇ ਚਰਚ ਦੇ ਉੱਤੇ ਜਾ ਕੇ ਇਹਨਾਂ ਬੰਦਿਆਂ ਨੇ ਬੀਜੇਪੀ ਦੇ ਜਿਹੜੇ ਟੌਟ ਆ ਇਹਨਾਂ ਬੰਦਿਆਂ ਨੇ ਜਾ ਕੇ ਸਾਡੇ ਚਰਚ ਦੇ ਉੱਤੇ ਝੰਡਾ ਚੜਾਇਆ ਇਹਨਾਂ ਨੇ। ਔਰ ਗੱਲ ਇੱਥੇ ਨਹੀਂ ਮੁੱਕੀ, ਆ ਜਦੋਂ ਬੀਤੇ ਦਿਨੀ ਜਦੋਂ ਰਾਮਨੌਮੀ ਹੋਈ, ਰਾਮਨੌਮੀ ਵਾਲੇ ਦਿਨ ਬਿਹਾਰ ਦੇ ਵਿੱਚ ਇਹਨਾਂ ਨੇ ਚਰਚ ਦੀ ਤੋੜ ਭੰਨ ਕੀਤੀ, ਸਾਡੇ ਪਾਦਰੀ ਸਾਹਿਬ ਨੂੰ ਕੁੱਟਿਆ, ਜਬਰੀ ਜੈ ਸ਼੍ਰੀ ਰਾਮ ਦੇ ਨਾਅਰੇ ਲਗਵਾਏ, ਕੀ ਉਦੋਂ ਇਹਨਾਂ ਨੂੰ ਕੁਛ ਨਹੀਂ ਪਤਾ ਲੱਗਿਆ? ਸੋ ਮੇਰੀ ਜਿਹੜੀ ਸਾਡੀ ਆਵਾਮ ਆ ਜਿਹੜੇ ਕ੍ਰਿਸਚਨ ਆ, ਅਸੀਂ ਕਦੋਂ ਤੱਕ ਬੇਅਦਬੀਆਂ ਬਰਦਾਸ਼ਤ ਕਰਾਂਗੇ? ਇਹੋ ਜਿਹੇ ਬੰਦਿਆਂ ਨੇ ਘਾਣ ਕੀਤਾ ਹੋਇਆ ਕ੍ਰਿਸਚੈਨਿਟੀ ਦਾ,
ਜਿਹੜੇ ਸਾਡੇ ਧਰਮ ਦੇ ਵਿੱਚ ਬਾਣਾ ਪਾ ਕੇ ਸਾਨੂੰ ਨੀਚਾ ਦਿਖਾਉਣ ਦੇ ਲਈ ਸਾਨੂੰ ਨੀਵਾਂ ਕਰਦੇ ਨੇ। ਅਜੇ 25 ਦਸੰਬਰ ਵਾਲੇ ਦਿਨ ਪ੍ਰੋਫਿਟ ਬਜਿੰਦਰ ਸਿੰਘ ਜੀ ਦੇ ਚਰਚ ਦੇ ਵਿੱਚ ਆ ਕੁਝ ਬਾਲੀਵੁੱਡ ਦੇ ਆ 2-4 ਛਿਲੜਾਂ ਜਿਹੜੇ ਬਣੇ ਫਿਰਦੇ ਨੇ ਐਕਟਰ, ਜਿਹਦੇ ਵਿੱਚ ਮਹਿਮਾ ਚੌਧਰੀ, ਗੁਲਸ਼ਨ ਗਰੋਵਰ, ਰਾਖੀ ਸਾਵੰਤ, ਉਪਾਸਨਾ ਸਿੰਘ, ਸ਼ਰੇਆਮ ਚਰਚ ਦੀ ਮਰਿਆਦਾ ਭੰਗ ਕੀਤੀ ਇਹਨਾਂ ਨੇ, ਧਾਰਮਿਕ ਸਟੇਜ ਦੇ ਉੱਤੇ ਵਲਗਰ ਲੈਂਗੁਏਜ ਯੂਜ ਕੀਤੀ। ਕੀ ਸਾਨੂੰ ਉਦੋਂ ਖਿਆਲ ਨਹੀਂ ਆਇਆ ਕਿੰਨਾ ਕੁ ਚਿਰ ਅਸੀਂ ਬੇਅਦਬੀਆਂ ਕਰਵਾ ਲਵਾਂਗੇ, ਕਿੰਨਾ ਕੁ ਚਿਰ ਅਸੀਂ ਆਪਣੇ ਆਪ ਨੂੰ ਬਰਦਾਸ਼ਤ ਕਰ ਲਵਾਂਗੇ? ਇਹਨਾਂ ਬੰਦਿਆਂ ਨੇ ਸ਼ਰਮ ਲਾਈ ਹੋਈ ਆ। ਅਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਰਾਜਨੀਤੀ ਦਬਾਅ ਦੇ ਚੱਲਦਿਆਂ, ਭਗਵੰਤ ਮਾਨ ਸਰਕਾਰ ਨੇ ਉਹਨਾਂ ਬੰਦਿਆਂ ਦੇ ਉੱਤੇ FIR ਤੱਕ ਨਹੀਂ ਦਰਜ ਕੀਤੀ। ਇਹ BJP ਦੀ ਸ਼ਹਿ ਦੇ ਉੱਤੇ ਧਰਿੰਦਰ ਸ਼ਾਸਤਰੀ ਉੱਪਰ ਪੰਜਾਬ ਦੇ ਵਿੱਚ ਪਰਚਾ ਤੱਕ ਨਹੀਂ ਦਰਜ ਹੋਇਆ ਔਰ ਉਹਨੂੰ Z+ ਸਿਕਿਉਰਿਟੀ ਮੁਹੱਈਆ ਕਰਵਾਈ ਇਹਨਾਂ ਨੇ। ਸੋ ਮੈਂ ਜਿਹੜੀ ਸਾਡੀ ਕੌਮ ਆ, ਜਾਗਦੀਆਂ ਜ਼ਮੀਰਾਂ ਵਾਲੀ ਅਣਖੀ ਕੌਮ, ਅਸੀਂ ਉਸ ਖੁਦਾ ਦੇ ਪੋਤੇ ਹਾਂ ਜਿਹੜਾ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਿਆ। ਸਾਨੂੰ ਮਾਣ ਹੋਣਾ ਚਾਹੀਦਾ ਆਪਣੇ ਆਪ ਦੇ ਕਿ ਅਸੀਂ ਉਸ ਰਾਜਿਆਂ ਦੇ ਰਾਜੇ, ਪ੍ਰਭੂਆਂ ਦੇ ਪ੍ਰਭੂ ਯਸੂ ਮਸੀਹ ਜੀ ਦੀ ਔਲਾਦ ਹਾਂ ਅਤੇ ਅਸੀਂ ਇਹਨਾਂ 2 ਟਕੇ ਦੀਆਂ ਸਰਕਾਰਾਂ ਦੇ ਪਿੱਛੇ ਲੱਗੇ ਹੋਏ ਹਾਂ। ਉਸ BJP ਦੀ ਸ਼ਹਿ ਦੇ ਉੱਤੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੇ, ਭਗਵੰਤ ਮਾਨ ਸਰਕਾਰ ਨੇ ਆ ਸੜਕ ਛਾਪ ਜਾਦੂਗਰ ਧਰਿੰਦਰ ਸ਼ਾਸਤਰੀ ਦੇ ਉੱਤੇ ਪਰਚਾ ਤੱਕ ਨਹੀਂ ਦਰਜ ਕੀਤਾ। ਅਸੀਂ ਕੀ ਉਮੀਦ ਰੱਖਦੇ ਹਾਂ ਇਹਨਾਂ ਤੋਂ? ਸੋ ਮੈਂ ਜਜ਼ਬਾਤੀ ਬੰਦਾ, ਜਜ਼ਬਾਤ ਦੇ ਵਿੱਚ ਜੇ ਕੁਝ ਵੱਧ ਘੱਟ ਬੋਲ ਗਿਆ ਹੋਵਾਂ ਤਾਂ ਮੈਂ ਖਮਾ ਦਾ ਯਾਚਕ ਹਾਂ। ਮੈਨੂੰ ਆਪਣਾ ਛੋਟਾ ਭਰਾ, ਆਪਣਾ ਬੱਚਾ ਸਮਝ ਕੇ ਜ਼ਰੂਰ ਮਾਫ਼ ਕਰਿਓ, ਪਰ ਮੈਂ ਉਹਨਾਂ ਆਪਣੇ ਧਾਰਮਿਕ ਆਗੂਆਂ ਨੂੰ ਵੀ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਕੁਝ ਲਾਲਚ ਦੇ ਪਿੱਛੇ ਆ ਕੇ ਪੋਲੀਟੀਕਲ ਪਾਰਟੀਆਂ ਦੇ ਪਿੱਛੇ ਚੱਲਦੇ ਨੇ, ਉਹਨਾਂ ਦੇ ਲੀਡਰਾਂ ਦੇ ਪਿੱਛੇ ਚੱਲਦੇ ਨੇ, ਕਿ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਦੇਖਣ ਸੁਣਨ ਵਾਲਿਆਂ ਨੂੰ, ਕਿ ਤੁਸੀਂ ਕਦੀ ਕੋਈ ਮੰਦਰ ਦਾ ਪੁਜਾਰੀ ਜਾਂ ਗੁਰਦੁਆਰੇ ਦਾ ਪਾਠੀ ਸਿੰਘ ਦੇਖਿਆ ਇਹਨਾਂ ਲੀਡਰਾਂ ਦੇ ਪਿੱਛੇ ਜਾਂਦਾ? ਨਹੀਂ ਦੇਖਿਆ ਹੋਏਗਾ। ਉਹ ਲੀਡਰ ਆਪ ਆਉਂਦੇ ਨੇ ਇਹਨਾਂ ਦੇ ਕੋਲ ਆਸ਼ੀਰਵਾਦ ਲੈਣ, ਪਰ ਸਾਡੇ ਜਿਹੜੇ ਪ੍ਰੀਸਟ ਆ ਉਹ ਆਪੋ ਆਪਣੇ ਗਰੁੱਪ ਬਣਾ ਕੇ ਇਹਨਾਂ ਲੀਡਰਾਂ ਦੇ ਤਲਵੇ ਚੱਟਦੇ ਨੇ। ਮੈਂ ਸਵੇਰੇ ਹੀ ਤੁਹਾਨੂੰ ਅਗਾਹ ਕੀਤਾ ਸੀ ਕਿ ਮੇਰੀਆਂ ਕੁਝ ਗੱਲਾਂ ਤੁਹਾਨੂੰ ਚੁਭਣਗੀਆਂ, ਮੇਰਾ ਸਾਰਿਆਂ ਨੇ ਵਿਰੋਧ ਕਰਨਾ, ਪਰ ਮੈਨੂੰ ਕੋਈ ਪਰਵਾਹ ਨਹੀਂ, ਨਾ ਮੈਨੂੰ ਕੋਈ ਫਿਕਰ ਆ, ਮੇਰਾ ਖੁਦਾ ਮੇਰੇ ਨਾਲ ਆ। ਮੈਨੂੰ ਪਤਾ ਜਾਗਦੀਆਂ ਜ਼ਮੀਰਾਂ ਵਾਲਿਆਂ ਨੇ ਮੇਰਾ ਸਾਥ ਜ਼ਰੂਰ ਦੇਣਾ, ਮੇਰੇ ਨਾਲ ਖੜਨਾ ਉਹਨਾਂ ਨੇ, ਪਰ ਮੈਂ ਅਗਾਹ ਕਰਨਾ ਚਾਹੁੰਦਾ ਉਹਨਾਂ ਧਾਰਮਿਕ ਪ੍ਰਚਾਰਕਾਂ ਨੂੰ ਵੀ ਜਿਹੜੇ ਕੁਝ ਲਾਲਚਾਂ ਦੇ ਪਿੱਛੇ ਆ ਕੇ ਇਹਨਾਂ ਸਰਕਾਰਾਂ ਦੇ ਇਹਨਾਂ ਲੀਡਰਾਂ ਦੇ ਪਿੱਛੇ ਪਏ ਹੋਏ ਨੇ। ਸੋ ਗੱਲਾਂ ਬਹੁਤ ਸਾਰੀਆਂ ਕਰਨੀਆਂ ਨੇ, ਪਰ ਹੁਣ ਇਸ ਵਕਤ ਮੇਰਾ ਦਿਮਾਗ ਥੋੜ੍ਹਾ ਜਿਹਾ ਗਰਮ ਹੋ ਗਿਆ ਆ। ਸੋ ਮੈਨੂੰ ਲੱਗਦਾ ਕਿ ਮੈਨੂੰ ਹੁਣ ਲਾਈਵ ਬੰਦ ਕਰ ਦੇਣੀ ਚਾਹੀਦੀ ਆ। ਖੁਦਾ ਮੈਨੂੰ ਔਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਅਤੇ ਬਰਕਤ ਦੇਵੇ। ਦੁਬਾਰਾ ਫਿਰ ਜਾਂਦਾ ਘਨੱਈਆ ਮਿੱਤਲ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਤੂੰ ਜਦੋਂ ਮਰਜ਼ੀ ਚੈਲੰਜ ਕਰਕੇ ਜਲੰਧਰ ਦੇ ਵਿੱਚ ਆ ਜਾਈ। ਈਸਾਈ ਕੌਮ ਕੀ ਆ, ਪੀਟਰ ਮਸੀਹ ਬੁਲੰਦਪੁਰ ਕੀ ਆ, ਤੈਨੂੰ ਹਿੱਕ ਵਿੱਚ ਵੱਜ ਕੇ ਦੱਸੂਗਾ, ਜਦੋਂ ਮਰਜ਼ੀ ਆ ਜਾਈ। ਸੋ ਜੇ ਕੁਝ ਮੇਰੇ ਭਾਈਚਾਰੇ ਦੇ ਲੋਕਾਂ ਨੂੰ, ਧਾਰਮਿਕ ਪ੍ਰਚਾਰਕਾਂ ਨੂੰ ਕੁਝ ਮੇਰੇ ਸ਼ਬਦਾਂ ਦੇ ਨਾਲ ਠੇਸ ਪਹੁੰਚੀ ਆ ਤੇ ਮੈਂ ਹੱਥ ਜੋੜ ਕੇ ਆਪ ਜੀ ਕੋਲੋਂ ਮਾਫੀ ਮੰਗਦਾ। ਕਿਰਪਾ ਕਰਕੇ ਮੈਨੂੰ ਆਪਣਾ ਬੱਚਾ, ਆਪਣਾ ਛੋਟਾ ਭਰਾ, ਆਪਣਾ ਵੀਰ ਸਮਝ ਕੇ ਮੈਨੂੰ ਜ਼ਰੂਰ ਮਾਫ ਕਰਿਓ। ਹੋ ਸਕਦਾ ਮੈਂ ਜਜ਼ਬਾਤਾਂ ਦੇ ਵਿੱਚ ਆ ਕੇ ਕੁਝ ਵੱਧ ਘੱਟ ਬੋਲ ਗਿਆ ਹੋਵਾਂ, ਪਰ ਮੇਰੇ ਖੁਦਾ ਨੂੰ ਪਤਾ ਕਿ ਮੈਂ ਉਹਦੇ ਲਈ, ਉਹਦੀ ਕੌਮ ਦੇ ਪ੍ਰਤੀ ਆਪਣੇ ਦਿਲ ਦੇ ਵਿੱਚ ਦਰਦ ਰੱਖਿਆ ਹੋਇਆ ਅਤੇ ਮੈਂ ਤਾਂ ਬੋਲਿਆ। ਇਸ ਦੇ ਨਾਲ ਹੀ
ਮੈਂ ਆਪ ਸਭ ਦੇ ਕੋਲੋਂ ਪ੍ਰਭੂ ਯਸੂ ਮਸੀਹ ਜੀ ਦੇ ਜਿੰਦਾ ਅਤੇ ਸਮਰਥੀ ਜਲਾਲੀ ਨਾਮ ਦੇ ਵਿੱਚ ਜੈਮਸੀ ਦੀ ਕਹਿੰਦਾ ਹੋਇਆ ਵਿਦਾ ਚਾਹੁੰਦਾ ਹਾਂ। ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਜ਼ਰੂਰ ਮਾਫ਼ ਕਰਿਓ। ਸਭ ਨੂੰ ਜੈ ਮਸੀਹ। ਜੇਕਰ ਤੁਸੀਂ ਵਿਸ਼ਾਰਮ ਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਵਿਸ਼ਾਰਮ ਦਾਸੀਆ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਦਬਾਓ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਜਾਏ। ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਔਰ ਅੱਗੇ ਤੋਂ ਅੱਗੇ ਇਸ ਵੀਡੀਓ ਨੂੰ ਲੈ ਕੇ ਜਾਓ ਉਸ ਪੂਰੇ ਮਸੀਹ ਸਮਾਜ ਤੱਕ। ਗੋਡ ਬਲੈਸ ਯੂ।